ਮੈਂ ਤੁਹਾਨੂੰ ਪੰਜਾਬ ਦੀ ਝਲਕ ਦਿਖਾਉਣ ਲੱਗਿਆ, ਜਿਹੜੀ ਸਾਡੇ ਪੁਰਾਣੇ ਪੰਜਾਬ ਦੀ ਝਲਕ ਹੈ ਸੱਜਣੋ। ਆ ਜਿੰਨੇ ਵੀ ਨਾ ਸੰਦ ਪੁਰਾਣੇ ਖੜ੍ਹੇ ਆ ਸਾਡੇ ਬਜ਼ੁਰਗਾਂ ਨੂੰ, ਇਹਨਾਂ ਦੇ ਵਿੱਚੋਂ ਨਾ ਉਹਨਾਂ ਦੀ ਜਵਾਨੀ ਦੀ, ਉਹਨਾਂ ਦੇ ਬਚਪਨ ਦੀ ਖੁਸ਼ਬੂ ਆਊਗੀ। ਬਾਈ ਚਾਨਣ ਸਿੰਘ ਆਪਣੇ ਨਾਲ ਆ, ਠੱਠੀ ਭਾਈ ਦੇ ਵਿੱਚ ਆ ਸੱਜਣੋ। ਇਹ ਸਿਰਫ ਮੈਂ ਨਾ ਤੁਹਾਡੇ ਬਜ਼ੁਰਗਾਂ ਲਈ, ਆਪਣੇ ਬਜ਼ੁਰਗਾਂ ਲਈ ਅਤੇ ਆਪਣੇ ਬੱਚਿਆਂ ਲਈ ਵੀਡੀਓ ਬਣਾ ਰਿਹਾ। ਅਸਲ ਦੇ ਵਿੱਚ ਇਹ ਵੀਡੀਓ ਦਾ ਮੋਟਿਵ ਕੋਈ ਕਮਰਸ਼ੀਅਲ ਮੋਟਿਵ ਨਹੀਂ ਗਾ। ਅੱਜ ਕੱਲ੍ਹ ਤੁਹਾਨੂੰ ਪਤਾ ਯੂਟਿਊਬ ਫੇਸਬੁੱਕ ਤੋਂ ਕੁਛ ਨਹੀਂ ਬਣਦਾ। ਅੱਜ ਕੱਲ੍ਹ ਦਾ ਜਿਹੜੇ ਨਗਦ ਕੰਮ ਕਰਦੇ ਉਹ ਤੋਂ ਹੀ ਪੈਸੇ ਬਚਦੇ ਆ। ਅਤੇ ਆਹ ਸੱਜਣੋ, ਅਸਲ ਦੇ ਵਿੱਚ ਮੈਨੂੰ ਬਾਈ ਦਾ ਫੋਨ ਆਇਆ, ਬਾਈ ਇਹਨਾਂ ਦੇ ਬੇਟੇ ਦਾ ਫੋਨ ਆਇਆ, ਕਹਿੰਦੇ ਯਾਰ ਸਾਡੇ ਘਰ ਨਾ ਅਸਮਾਨ ਪਿਆ। ਅਤੇ ਮੈਨੂੰ ਲੱਗਿਆ ਕਿ ਯਾਰ ਮੈਨੂੰ ਕੱਢ ਕੇ ਉਹ ਵਿਖਾਉਣਾ ਚਾਹੀਦਾ ਵੀ ਸਾਡਾ ਪੁਰਾਣਾ ਪੰਜਾਬ, ਸਾਡਾ ਸੱਭਿਆਚਾਰ ਕਿਹੋ ਜਿਹਾ ਅਤੇ ਕਿਹੋ ਜਿਹੇ ਲੋਕ ਪਏ ਆ ਸਾਡੇ ਪੰਜਾਬ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਸਮਾਨ ਨੂੰ ਅੱਜ ਵੀ ਕੀਮਤੀ ਮੰਨਦੇ ਆ। ਨਹੀਂ ਤਾਂ ਲੋਕਾਂ ਨੇ ਕਬਾੜ ਸਮਝ ਕੇ ਮਤਲਬ ਦੇ ਤੇ ਆ। ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਵੀ ਪਈਆਂ ਰਹੀਆਂ ਜਿਹੜੀਆਂ ਅਸੀਂ ਜਾਂ ਤਾਂ ਲੱਕੜ ਦੀਆਂ ਸੀਗੀਆਂ ਤਾਂ ਭੰਨ ਤੋੜ ਕੇ ਮਚਾਤੀਆਂ, ਅਤੇ ਜੇ ਲੋਹੇ ਦੀਆਂ ਸੀਗੀਆਂ ਤਾਂ ਅਸੀਂ ਸਾਈਕਲਾਂ ਵਾਲਿਆਂ ਨੂੰ ਹੀ ਦੇਤੀਆਂ। ਪਰ ਆਹ ਉਹ ਬੰਦੇ ਆ ਜਿਹੜੇ ਇਸ ਦੀ ਕੀਮਤ ਨੂੰ ਪਹਿਚਾਣਦੇ ਆ। ਮੈਂ ਮੋਟਾ ਮੋਟਾ ਦੱਸਦਿਆਂ, ਆਹ ਦੇਖੋ ਗਿੱਦੜ ਪੀੜ੍ਹੀ ਰੱਖੀ ਬੈਠੀ ਆ, ਕਿੱਡੀ ਵੱਡੀ ਆ। ਮੇਰੇ ਹਿਸਾਬ ਨਾਲ ਤਾਂ ਮਿਲਣੀ ਨਹੀਂ ਐਡੀ ਵੱਡੀ, ਹੈ ਨਾ ਬਾਈ? ਉਹ ਪ੍ਰੀਤ ਦੇਖੀ ਗਿੱਦੜ ਪੀੜ੍ਹੀ ਪਈ ਆ, ਹੈ ਨਾ ਬਾਈ? ਉਹ ਬੀ ਸੀ ਆਰ ਪਏ ਆ ਉੱਪਰਲੇ ਪਾਸੇ। ਆ ਜਾਓ ਆਪਾਂ ਸਾਰਾ ਕੁਛ ਗੱਲਬਾਤ ਕਰਦੇ ਹਾਂ ਬਾਈ। ਕਿੱਥੋਂ ਇਕੱਠਾ ਕਰਨਾ ਸ਼ੁਰੂ ਕੀਤਾ, ਕਿੱਧਰਲੇ ਪਾਸੇ ਸ਼ੁਰੂ ਕੀਤਾ ਸੀ? ਉੱਧਰੋਂ ਉੱਧਰੋਂ ਸ਼ੁਰੂ ਕੀਤਾ ਤੁਸੀਂ ਇਕੱਠਾ ਕਰਨਾ? ਆਹ ਸਮਾਨ ਕਿਹੜਾ, ਕਿਹੜੀ ਚੀਜ਼ ਤੁਹਾਡੇ ਘਰ ਦੀ ਆ ਇਹਨਾਂ ਚੋਂ? ਆਹ ਘਰ ਦੀ ਆ ਜੰਗਾਲ ਲੱਗੀ ਇਹਨੂੰ? ਆਹ ਜੰਗਾਲ ਨੀ ਲੱਗੀ, ਲੋਹਾ ਹੀ ਇਹੋ ਜਿਹਾ ਜੀ ਇਹ, ਹਨਾ? ਹਜੇ ਵੀ ਦੇਖੋ ਉਵੇਂ ਪਿਆ, ਜਿਉਂ ਕਾ ਤਿਉਂ, ਹਨਾ? ਜਮਾ ਹੀ ਪਿਆ। ਇਹ ਕਿਹਦਾ? ਸਵਰਗ ਬੂਟਾ ਸਿੰਘ ਚੀਮਾ ਦਾਦਾ ਜੀ, ਸਵਰਗ ਸੱਜਣ ਸਿੰਘ ਪਿਤਾ ਜੀ। ਅੱਛਾ ਅੱਛਾ, ਉਹਨਾਂ ਦਾ ਜਿੰਨਾ ਦਾ ਇਹ ਹੈਗਾ, ਸਾਰਿਆਂ ਦੇ ਨਾਂ ਲਿਖੇ ਆ ਵੀ ਜਿਨ੍ਹਾਂ ਦੀ ਵਿਰਾਸਤ ਆ ਇਹ, ਵੀ ਜਿੰਨੇ ਆ ਦਾਦਾ ਜੀ ਦੇ ਹੇਠਾਂ ਆ ਗਏ, ਸਾਰਾ ਕੁਰਸੀ ਨਾਵਾਂ ਲਿਖਿਆ ਵਾ ਥੱਲੜੇ ਪਾਸੇ। ਹਾਂ, ਇਹ ਛੇਵੀਂ ਪੀੜ੍ਹੀ ਆ ਗਈ ਅਤੇ ਆ ਜਿੰਨਿਆਂ ਦਾ ਇਹ ਹੱਕ ਬਣਦਾ, ਇਹ ਸਾਰਾ ਲਿਖਿਆ ਹੋਇਆ। ਠੀਕ ਹੈ। ਤੇ ਉਧਰੋਂ ਉੱਪਰ ਆ ਆ ਕੀ ਇਹਨੂੰ ਕੀ ਕਹਿੰਦੇ, ਤਰਫਾਲੀ? ਆਹ ਜੀ ਨਹੀਂ, ਇਹ ਤਿੰਨ ਪੂਰਾ ਵੱਜਦਾ। ਇਹ ਤਿੰਨ ਪੂਰਾ ਮਤਲਬ ਇਹ ਬਿਜਾਈ ਵਾਲੀ ਮਸ਼ੀਨ ਆ? ਹਾਂ, ਬਿਜਾਈ ਕਰਦੇ ਜਾਂ ਕਣਕ ਕੁਣਕ ਬੀਜਦੇ, ਸਰੋਂ ਬੀਜਦੇ, ਜਿਹੜਾ ਕੋਈ ਮਰਜ਼ੀ ਬੀਜ ਲੈਂਦੇ ਸੀ ਜੀ। ਜੀ ਹਾਂਜੀ। ਅਤੇ ਆਹ ਆਹ ਉੱਤੇ ਕਾਹਤੋਂ ਲਿਖਿਆ ਕਿੰਗਰਾ? ਇਹ ਪ੍ਰਾਪਤ ਹੋਈ ਜੀ ਤੋਂ ਸਾਨੂੰ। ਅੱਛਾ, ਜਿਹੜੇ ਬੰਦੇ ਨੇ ਦਿੱਤੀ ਆ ਬੋਤੇ ਦੀ ਕਾਠੀ, ਉਹਦਾ ਲਿਖਤਾ ਕਿ ਭਾਈ ਇਹ ਉਹਨੇ ਦਿੱਤੀ ਆ? ਹਾਂਜੀ, ਉਹਦਾ ਨਾਮ ਲਿਖਤਾ। ਤੇ ਆ ਆ ਕੌਣ ਸੀ, ਜਸਵਿੰਦਰ ਕੌਰ ਚਰਖੇ ਵਾਲੀ ਬੀਬੀ? ਇਹ ਇਹਨਾਂ ਦੀ ਮੰਮੀ ਆ ਜੀ। ਅੱਛਾ, ਇਹ ਤਾਂ ਹਜੇ ਨੇੜੇ ਤੇੜੇ ਵਾਲਾ, ਇਹ ਤਾਂ ਤੇਰੇ ਦਾਜ ਵਾਲਾ ਹੀ ਆ। ਠੀਕ ਹੈ ਠੀਕ ਹੈ। ਤੇ ਉਹ ਉੱਪਰਲੇ ਪਾਸੇ ਮੋਬਾਈਲ ਵੀ ਪ੍ਰੀਤ ਸੱਭਿਆਚਾਰ 'ਚ ਆ ਗਏ ਹੋਏ, ਆਪਣੇ ਸਾਡੇ ਵੇਲਿਆਂ ਵਾਲੇ ਮੋਬਾਈਲ ਵੀ ਸੱਭਿਆਚਾਰ 'ਚ ਆ ਗਏ ਉਹਦੇ, ਹੈਂ? ਉਹ ਉੱਪਰਲੇ ਪਾਸੇ ਬੀ ਸੀ ਆਰ ਦੀਆਂ ਕੈਸਟਾਂ ਪਈਆਂ, ਹੈ ਨਾ ਬਾਈ ਜੀ? ਅਤੇ ਆ ਆਹ ਰੇਡੀਓ ਕਿੱਥੋਂ ਲਿਆਂਦਾ ਇੰਨਾ ਪੁਰਾਣਾ? ਐਵੇਂ ਲੋਕ ਵੀ ਚੀਜ਼ਾਂ ਦੇ ਦਿੰਦੇ ਬਾਈ ਤੁਹਾਨੂੰ? ਹਾਂਜੀ, ਇਹ ਕੋਈ ਕੋਈ ਦਿੰਦਾ ਜੀ। ਇਹ ਦਿਲ ਤੋਂ ਬਿਨਾਂ ਚੀਜ਼ ਨਹੀਂ ਦਿੱਤੀ ਜਾਂਦੀ, ਜਿਹੜੀ ਆਹ ਚੀਜ਼ ਹੈ। ਹਾਂਜੀ, ਆਹ ਹਾਂਜੀ ਸਾਰੀ। ਹਾਂਜੀ, ਇਹ ਭਾਈ ਕਾਲੇ ਨੇ ਦਿੱਤੀ ਸਾਨੂੰ, ਲਾ ਕੇ ਰੱਖੀ ਬੈਠਾ ਸੀ, ਕਹਿੰਦਾ ਮੈਂ ਤਾਂ ਸਿੱਟ ਕੇ ਆਉਣੀ ਕੁਆੜ 'ਚ। ਹਾਂ, ਇਹ ਜਾਵੜਿਆ, ਇਹ ਕਹਿੰਦਾ ਮੈਨੂੰ ਉਹਦਾ ਲੈ ਜਾ।
ਇੱਕ ਤੁਸੀਂ ਦੇਖ ਪ੍ਰੀਤ, ਸਾਰਿਆਂ ਨੂੰ ਮਤਲਬ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਸਤਿਕਾਰ ਦਿੱਤਾ, ਉਹ ਕਾਲਾ ਬਾਈ ਉੱਪਰ ਲਿਖਿਆ ਹੋਇਆ, ਜਿਹਨੇ ਜਿਹੜੀ ਚੀਜ਼ ਦਿੱਤੀ ਉਹਦਾ ਨਾਂ ਲਿਖਤਾ ਉੱਪਰਲੇ ਪਾਸੇ ਵੀ ਹਾਂ ਭਾਈ ਤੂੰ ਸਾਡੇ ਵਿਹੜੇ ਦਾ ਸ਼ਿੰਗਾਰ ਬਣਾਤਾ, ਹੈ ਨਾ ਇਹੋ ਜਿਹੀ ਚੀਜ਼। ਉਹ ਛੱਜ ਉਹ 1998 ਇਹ ਕਿਸੇ ਨਾਨਕਿਆਂ ਦੇ ਧੱਕੇ ਨਹੀਂ ਚੜਿਆ 98 ਤੋਂ ਲੈ ਕੇ ਹੁਣ ਲਾਇਆ ਨਹੀਂ ਜੀ ਤੂੰ, ਹੈਂ ਲਾਉ ਨਹੀਂ ਦਿੰਦੇ। ਹਾਂ ਉਹ ਹਜੇ ਤੱਕ ਤੇ ਆ ਆ ਆ ਤਾਂ ਆਹ 1992 ਵਾਲੇ ਤਾਂ ਫਿਰ ਲੋਹੇ ਵਾਲੇ ਹੀ ਆ ਗਏ ਛੱਜ, ਤੇ ਆਹ ਢੋਲੀ ਤਾਂ ਅੱਜ ਕੱਲ ਦੀ ਆ, ਇਹ ਵਿੱਚ ਸੱਭਿਆਚਾਰ ਦੇ ਕਿਵੇਂ ਟੰਗ ਲਈ ਆ ਮਤਲਬ ਇੱਕ ਪੌਦਾ ਹੈ ਸਣ, ਹੈ ਨਾ ਬਾਈ। ਪਹਿਲਾਂ ਨਾ ਉਹ ਬੀਜਣੀ, ਸਣ ਬੀਜ ਕੇ ਤੇ ਉਹ ਸਣ ਪੂਰੀ ਵੱਡੀ ਹੋ ਜਾਣੀ। ਉਹ ਸਣ ਹੁੰਦੀ ਸੀਗੀ ਮੇਰੇ ਹਿਸਾਬ ਨਾਲ ਗਰਮੀਆਂ ਦੇ ਦਿਨਾਂ 'ਚ, ਮਤਲਬ ਆਹ ਜੰਤਰ ਹਰ ਹਰ ਵਾਲੇ ਦੇ ਬਰਾਬਰ ਦੀ ਹਾਣ ਦੀ ਫਸਲ ਹੈ ਨਾ, ਅੱਸੂ 'ਚ ਵੱਢੀ ਦੀ ਆ, ਹਾਂ ਅੱਸੂ ਕੱਤੇ 'ਚ ਵੱਢੀ ਜਾਂਦੀ ਆ ਗਰਮੀਆਂ 'ਚ ਹੁੰਦੀ ਆ, ਫਿਰ ਉਹ ਵੱਢ ਕੇ ਫਿਰ ਉਹ ਪੂਲੀਆਂ ਜਿਹੀਆਂ ਬੰਨ ਕੇ ਲਾਉਣੀਆਂ, ਫਿਰ ਉਹ ਛੱਪੜ 'ਚ ਨੱਪਦੇ ਹੁੰਦੇ ਬਣਦੀ ਛੱਪੜ 'ਚ ਜੀ। ਹਾਂ ਫਿਰ ਉਹਨਾਂ ਪ੍ਰੀਤ ਛੱਪੜ 'ਚ ਨੱਪਣੀ, ਛੱਪੜ 'ਚ ਨੱਪ ਕੇ ਫਿਰ ਉਹ ਨਿਸ਼ਾਨੀ ਲਾਉਣੀ ਛੱਪੜ 'ਤੇ ਵੀ ਸਾਡੀ ਇੱਥੇ ਨੱਪੀ ਵੀ ਆ, ਸਾਡੀ ਇੱਥੇ ਨੱਪੀ ਵੀ ਆ। ਫਿਰ ਉਹ ਨਾ ਉਹ ਤਾਂ ਗਲ ਜਾਂਦੀ ਸੀ, ਫਿਰ ਉਹਨੂੰ ਉਹਨੂੰ ਬਜ਼ੁਰਗ ਕੀ ਕਰਦੇ ਸੀ, ਉਹ ਕਾਨੀਆਂ ਤੋਂ ਐਵੇਂ ਉਹਨੂੰ ਗਰਨਿਆਂ ਤੋਂ ਲਾਉਂਦੇ ਹੁੰਦੇ ਸੀ, ਫਿਰ ਸਣ ਬਣਦੀ ਸੀ ਕਿਤੇ ਜਾ ਕੇ ਜੀ। ਹਾਂ ਗਰਨਿਆਂ ਤੋਂ ਲਾਉਂਦੇ ਸੀ, ਚੱਲਿਆ ਸੀਗਾ ਛੱਪਾ, ਫਿਰ ਉਹਨੂੰ ਹਾਂ ਸੱਤਾਂ ਚੱਲਿਆ ਸੀਗਾ, ਕਹਿੰਦਾ ਮੈਂ ਸੈੱਟ ਕੇ ਆਉਣਾਗਾ। ਉਹ ਮੈਨੂੰ ਟੱਕਰ ਗਿਆ, ਮੈਂ ਕਿਹਾ ਕੀ ਹੈ, ਕਹਿੰਦਾ ਕਿ ਸਾਣ ਸੈੱਟ ਕੇ ਆਉਣਾ, ਮੈਂ ਕਿਹਾ ਮੈਨੂੰ ਬੁਲਾ ਲਾ ਗਿਆ ਜੱਸੇ ਬਣਾ ਤੇ। ਫਿਰ ਬਜ਼ੁਰਗਾਂ ਨੇ ਉਹਨੂੰ ਫਿਰ ਉਹ ਫਿਰ ਗਰਨਿਆਂ ਤੋਂ ਲਾਉਣੀ, ਲਾ ਕੇ ਫਿਰ ਵੱਡੇ ਬਾਈ ਉਹਨੂੰ ਉਹ ਗੋਲਾ ਜਿਹਾ ਘੁਮਾ ਕੇ ਆਏ ਬਾਪੂ ਹੋਣਾ ਨੇ ਉਹਨੂੰ ਵੱਟ ਚੜਾਉਣਾ, ਟੇਰ ਦੇਣਾ ਵੱਟ ਚੜਾਉਂਦੇ, ਹੈ ਨਾ ਪਹਿਲਾਂ ਉਹਨੂੰ ਪਹਿਲਾਂ ਤਾਂ ਉਹਨੂੰ ਐਂ ਗੋਲਾ ਜਿਹਾ ਘੁਮਾ ਕੇ ਵੱਟ ਚੜਾਈ ਜਾਣਾ ਬਜ਼ੁਰਗਾਂ ਨੇ, ਜਦੋਂ ਉਹ ਇਕੱਲੀ ਇਕੱਲੀ ਰੱਸੀ ਬਣ ਜਾਣੀ ਫਿਰ ਉਦੋਂ ਬਾਅਦ ਉਹ ਐਂ ਜਿਹੇ ਕਰਕੇ ਵੱਟ ਚੜਾਉਂਦੇ ਹੁੰਦੇ ਸੀ, ਹੈ ਨਾ ਉਹ ਵੀ ਹੋ ਗਿਆ। ਹਾਂ ਫਿਰ ਉਹ ਉਵੇਂ ਉਵੇਂ ਕਰਕੇ ਮਤਲਬ ਰੱਸਾ ਬਣਾਉਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਜੀ, ਬਹੁਤ ਮਿਹਨਤ ਕਰਨੀ ਪੈਂਦੀ ਸੀ, ਪਰ ਉਹ ਬਜ਼ੁਰਗਾਂ ਦੇ ਜਿਹੜੇ ਸਣ ਦੇ ਰੱਸੇ ਆ ਉਹ ਫਿਰ ਐਂ ਨਹੀਂ ਗਾ ਵੀ ਪਾ ਦੇ ਤੇ ਪਸ਼ੂ ਤੜਾ ਜੂਗਾ ਤੇ ਜਾਂ ਉਹ ਟੁੱਟਦਾ ਨਹੀਂ, ਹੈ ਨਾ ਉਹ ਐਡੀ ਮਜ਼ਬੂਤ ਬਣ ਜਾਂਦੀ ਸੀ। ਉਦੋਂ ਅੱਗੇ ਆ ਗਿਆ ਜਿਹੜਾ ਬੀਬੀ ਹੁਣੀ ਦਰੀ ਜੀ ਲਪੇਟਦੀਆਂ ਹੁੰਦੀਆਂ, ਤਾਣੀ ਲਪੇਟਦੀਆਂ ਹੁੰਦੀਆਂ ਇਹਦੇ ਉੱਤੇ ਖੱਦਰ ਬਣ ਕੇ ਉੱਤੇ ਵਲੇਟਾ ਜਾਂਦਾ ਸੀ ਜੀ। ਇਹਨੂੰ ਕੀ ਤੁਰ ਇੱਥੇ ਲਿਖੀ ਹੋਊ ਆਹ ਸੀ ਤੁਰ ਇਹ ਤੁਰਾਂ ਦੇ ਤਾਂ ਅਸੀਂ ਪਾਲੇ ਪਏ ਹਾਂ, ਸਾਡੀ ਬੀਬੀ ਨੇ ਮਤਲਬ ਬਹੁਤ ਤਾਣੀਆਂ ਬੁਣੀਆਂ, ਹਾਂਜੀ ਹਾਂਜੀ ਲੋਕਾਂ ਦੀਆਂ ਤਾਣੀਆਂ ਬੁਣੀਆਂ। ਅਗਲਾ ਦਾ ਯਾਰ ਫਲਾਨਾ ਤਾਣੀ ਤਣਦਾ ਫਿਰਦਾ, ਪਹਿਲਾਂ ਦੇਖੋ ਸੂਤ ਕੱਤਣਾ ਬੀਬੀ ਹੋਣਾ ਨੇ ਜਿਹਦੇ ਨਾਲ ਕਰਦੇ ਉਹ ਹੱਥਾਂ ਹੀ ਹੈ ਨਾ ਉਹ, ਹਾਂਜੀ ਤੇ ਉਹ ਨਾ ਪਹਿਲਾਂ ਬੀਬੀ ਹੋਣਾ ਨੇ ਸੂਤ ਕੱਤਣਾ ਪ੍ਰੀਤ, ਸੂਤ ਪਹਿਲਾਂ ਦੇਖੋ ਪਹਿਲਾਂ ਕਪਾਹ, ਫਿਰ ਕਪਾਹ ਬੁਲਾ ਕੇ ਲਿਆਉਣੀ, ਫਿਰ ਉਹਦੀਆਂ ਪੂਣੀਆਂ ਕਾਨੇ ਤੇ ਐਂ ਪੂਣੀਆਂ ਬਣਾਉਣੀਆਂ ਬੀਬੀ ਹੋਣਾ ਨੇ, ਫਿਰ ਉਹਨੂੰ ਕੱਤਣਾ, ਕੱਤ ਕੇ ਉਹਦੇ ਗਲੋਟੇ ਬਣ ਜਾਂਦੇ ਸੀ, ਗਲੋਟੇ ਵੱਟ ਕੇ ਉਹਦੇ 'ਚ ਪਾਉਂਦੇ ਸੀ ਜੀ। ਹਾਂ ਨੜੇ ਪਏ ਦੋ, ਫਿਰ ਗਲੋਟੇ ਬਣ ਜਾਂਦੇ ਸੀ, ਫਿਰ ਗਲੋਟਿਆਂ ਫਿਰ ਉਹਦੀਆਂ ਸੱਖਣੀਆਂ ਬਣਦੀਆਂ ਸੀਗੀਆਂ, ਉਹ ਸੱਖਣੀਆਂ ਫਿਰ ਉਹ ਨਾਲ ਦੇ ਵਿੱਚ ਦੀ ਵਗਾ ਕੇ, ਹਾਂ ਇੱਥੇ ਫਿਰਦੀ ਹੋਊਗੀ ਨਾਲ, ਹਾਂ ਉਹ ਰਸ਼ ਆ, ਹਾਂ ਉਹ ਜਿਹੜੀ ਤਾਂ ਕਿਸ਼ਤੀ ਜੀ ਅਰਗੀ ਨਹੀਂ ਪ੍ਰੀਤ, ਉਹ ਨਾਲ ਆ ਉਹ ਜਿਹੜੀਆਂ ਤਾਹਾਂ ਉਹਨੂੰ ਕਹਿੰਦੇ ਭੌਣੀਆਂ ਫਿਰਕੀਆਂ ਜਿਹੀਆਂ, ਜਿਹੜੀਆਂ ਤਾਹਾਂ ਤਾਂ ਤੋਂ ਮਤਲਬ
ਉਹ ਪੈੜਿਆਂ ਨੂੰ ਐ ਕਰਦੀਆਂ ਸੀ, ਪੈਰ ਵੀ ਉੱਥੇ ਪਏ ਜੀ, ਉਹ ਜਿਹੜੇ ਉਹ ਚੱਪਲਾਂ ਜਿਹੀਆਂ ਦਿਸਦੀਆਂ ਉਹ ਪੈੜੇ ਆ ਜੀ, ਪੈੜੇ ਆ ਉਹ ਜਸਵਿੰਦਰ ਕੌਰ ਦੇ ਪੈੜੇ ਆ, ਉਹ ਐਂ ਪੈਰ ਨਾਲ ਨੱਪਦੀਆਂ ਹੁੰਦੀਆਂ ਸੀ ਬੀਬੀ ਹੁਣੀ। ਉਹਦੇ ਨਾਲ ਫਿਰ ਉਹ ਧਾਗੇ ਗਾਂਹ ਪਛਾ ਹੁੰਦੇ, ਡਿਜ਼ਾਇਨ ਬਣਦਾ ਸੀ ਉਹਦੇ ਨਾਲ। ਹਾਂ ਉਹ ਤਾਂ ਬਹੁਤ ਆਹਾ ਊਰੀ ਆ, ਆਹ ਨਿਆਣਿਆਂ ਹੁੰਦਿਆਂ ਨੇ ਅਸੀਂ ਊਰੀ ਨਾਲ ਬੀਬੀ ਨੂੰ ਬਹੁਤ ਸਿੱਖਣੀਆਂ ਵੱਟ ਵੱਟ ਕੇ ਦਿੱਤੀਆਂ ਇਹਦੇ ਨਾਲ। ਹਾਂ ਇਹਦੇ ਨਾਲ ਇਹ ਤੁਸੀਂ ਇਹ ਦੇਖੋ ਵੀ ਕੱਪੜਾ ਬਣਨ ਤੱਕ ਕਿੰਨੀ ਮਿਹਨਤ ਹੁੰਦੀ ਸੀ। ਆਹ ਆਹ ਟਿਕ 1960 ਦੀ ਹੈ ਬਾਈ ਆਹ, ਹਾਂਜੀ ਤੁਸੀਂ ਦੇਖੋ ਯਾਰ ਸਾਂਭਿਆ ਕਿੰਨਾ ਕੁਛ ਆ ਬਾਈ ਉਹਨਾਂ ਨੇ। ਇਹਦੇ ਉੱਤੇ ਡਿਜ਼ਾਇਨ ਕਾਹਤੋਂ ਆ ਵੱਡੇ ਬਾਈ ਆਹ? ਇਹ ਫਰਮਾ ਹੀ ਇਹੋ ਜਾਂਦਾ ਸੀ ਜੀ। ਅੱਛਾ ਫਰਮੇ ਦੀ ਆ। ਤੇ ਆਹ ਆਹ ਇੱਟ ਭਦੌੜੀ ਇੱਟ ਜਿਹਨੂੰ ਕਹਿੰਦੇ ਆ, ਹੈ ਨਾ ਹਾਂਜੀ, ਭਦੌੜੀ ਇੱਟ ਵੀ ਕਹਿੰਦੇ, ਨਾਨਕ ਸ਼ਾਹੀ ਇੱਟ ਵੀ ਕਹਿੰਦੇ, ਜਿਹੜੀਆਂ ਛੋਟੀਆਂ ਛੋਟੀਆਂ ਇੱਟਾਂ ਹੁੰਦੀਆਂ ਇਹ ਉਹ ਆ। ਤੇ ਆਹ ਬੋਟਾ ਉਹ ਤੁਸੀਂ ਦੇਖੋ ਯਾਰ ਕਿੰਨਾ ਕੁਛ ਸਾਂਭਿਆ ਬਾਈ ਉਹਨਾਂ ਨੇ ਯਾਰ, ਕਮਾਲ ਕੀਤੀ ਪਈ ਆ। ਊਠਦੀਆਂ ਕਾਠੀਆਂ ਬਾਈ ਦੋ ਆ, ਹੈ ਨਾ ਹਾਂਜੀ, ਬੀ ਸੀ ਆਰ ਵੀ ਦੋ ਆ, ਇੱਕ ਬੀ ਸੀ ਆਰ ਇੱਧਰਲੇ ਪਾਸੇ ਪਿਆ, ਹਾਂਜੀ ਹਾਂਜੀ, ਡੈੱਕ ਪਿਆ ਆਹ ਦੇਖੋ ਇੱਧਰਲੇ ਪਾਸੇ। ਆਹ ਰੀਲਾਂ ਕਿੱਥੋਂ ਮਿਲੀਆਂ? ਕਿਉਂ ਫਰੀਦ ਦੇਖ, ਆਹ ਆਹ ਅਸੀਂ ਆਹ ਭਰਾ ਲਿਆ, ਖਰੀਦਣ ਦੀ ਤਾਕਤ ਨਹੀਂ ਹੁੰਦੀ ਸੀ ਇਹ ਬਾਲੇ ਤੋਂ ਬਾਲਾ ਨਾ। ਇਹਦੇ ਉੱਤੇ ਜੇ ਪ੍ਰਿੰਟ ਵੀ ਕਿਸੇ 'ਤੇ ਲਿਖਿਆ ਹੋਇਆ ਨਾ, ਮੈਂ ਕੱਢ ਕੇ ਦਿਖਾਵਾਂ ਕੋਈ ਰੀਲ ਨਿਕਲਦੀ ਹੈ ਇੱਥੋਂ, ਤਾਂ ਇਹ ਵੱਧ ਤੋਂ ਵੱਧ 15-20 ਰੁਪਈਆਂ ਦੀ ਰੀਲ ਹੁੰਦੀ ਹੋਊਗੀ। ਇਹਨਾਂ ਦੇ ਉੱਤੇ ਰੇਟ ਜੇ ਕਿਤੇ ਲਿਖਿਆ ਹੋਇਆ ਨਾ, ਕਿੱਧਰ ਲਿਖਿਆ ਹੋ, ਆਹ ਸੇ 30 ਰੁਪਈਆਂ ਦੀ ਆ, ਹੁਣ ਅਗਲਾ ਕਹਿਣ ਦਾ ਫਲਾਨਾ ਜਾ ਕੇ ਆਹ ਤੱਕੜੀ ਕਿੱਥੋਂ ਲਿਆਂਦੀ? ਉਹ ਦੇਖ ਪੁਰਾਣੇ ਪੈਸੇ ਪਏ ਆ ਯਾਰ, ਦੇਖ ਕਿੰਨੇ ਕਿੰਨੇ ਉਹ ਜਿਹੜੇ ਨਾ, ਉਹ ਕਹਿੰਦਾ ਅਗਲਾ ਦਾ ਯਾਰ ਮੈਂ ਗਲੀ ਵਾਲਾ ਪੈਸਾ ਨਹੀਂ ਦੇਣਾ ਕਿਸੇ ਦਾ, ਉਹ ਗਲੀ ਵਾਲੇ ਪੈਸੇ ਆ ਉਹ ਦੇਖੋ, ਹੈ ਨਾ ਬਾਈ। ਇਹ ਤੁਹਾਨੂੰ ਮੈਂ ਪੈਸਿਆਂ ਬਾਰੇ ਜਾਣਕਾਰੀ ਦੇ ਦਿਆਂ, ਅਗਲਾ ਦਾ ਯਾਰ ਮੈਂ ਪਾਈ ਪਾਈ ਦਾ ਹਿਸਾਬ ਚੁਕਾਤਾ, ਆਪਾਂ ਕਹਿੰਦੇ ਪਾਈ 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 ਦਾ ਹਿਸਾਬ ਚੁਕਾਤਾ, ਆਪਣੇ ਹੁੰਦਾ ਸੀਗਾ ਦੇਖੋ 100 ਪੈਸਾ, ਆਪਾਂ ਸਭ ਤੋਂ ਛੋਟੀ ਇਕਾਈ ਪੈਸਾ ਮੰਨਦੇ ਆ, ਪਰ ਪੈਸੇ ਦਾ ਵੀ 100ਵਾਂ ਹਿੱਸਾ ਹੁੰਦਾ ਸੀਗਾ, ਪੈਸੇ ਦਾ ਵੀ 100ਵਾਂ ਹਿੱਸਾ ਕਿਸੇ ਵਕਤ ਕੰਮ ਆਉਂਦਾ ਸੀਗਾ। ਜਿਹੜੀਆਂ ਕੌਡੀਆਂ ਹੁੰਦੀਆਂ, ਕੌਡੀਆਂ ਉਹ ਵੀ ਪੈਸੇ 'ਚ ਮੰਨੀਆਂ ਜਾਂਦੀਆਂ ਸੀ, ਕੌਡੀਆਂ ਜਿਹੜੀਆਂ ਆਪਾਂ ਆਮ ਤੌਰ 'ਤੇ ਬਈ ਉਹ ਸਮੁੰਦਰਾਂ ਕਿਨਾਰਿਆਂ ਕਰੂਰਾਂ ਤੋਂ ਮਿਲਦੀਆਂ, ਅਤੇ ਜਿਹੜੀ ਪਾਈ ਹੁੰਦੀ ਸੀ ਉਹ ਮੇਰੇ ਹਿਸਾਬ ਨਾਲ ਪੈਸੇ ਦਾ 4th ਹਿੱਸਾ ਹੁੰਦੀ ਸੀ, ਹਾਂਜੀ, ਅਤੇ ਜਿਹੜਾ ਧੇਲਾ ਹੁੰਦਾ ਸੀ, ਧੇਲਾ ਅਸਲ ਦੇ ਵਿੱਚ ਪੈਸੇ ਦਾ ਅੱਧ ਹੁੰਦਾ ਸੀ, ਧੇਲਾ ਅਗਲਾ ਨਾ ਤੇਰਾ ਮੈਂ ਧੇਲਾ ਨਹੀਂ ਦੇਣਾ, ਉਹ ਪੈਸੇ ਦਾ ਅੱਧ ਹੁੰਦਾ ਸੀਗਾ, ਅਤੇ ਜਿਹੜਾ ਉਸ ਤੋਂ ਬਾਅਦ 2 ਧੇਲੇ ਜੁੜ ਕੇ 1 ਪੈਸਾ ਬਣਦਾ ਸੀ, ਹਾਂਜੀ, ਅਤੇ ਕਿਸੇ ਵਕਤ ਉਹ ਧੇਲੇ ਦੀ ਵੀ ਕੀਮਤ ਸੀਗੀ, ਹੈ ਨਾ। ਅਤੇ ਅੱਜ ਬੇਸ਼ੱਕ ਆਹ ਚੀਜ਼ਾਂ ਯਾਰ ਲੋਕਾਂ ਲਈ ਉਹ ਹੋ ਗਈਆਂ, ਅਤੇ ਪਰ ਅੱਜ ਵੀ ਇਹ ਚੀਜ਼ਾਂ ਦੀ ਹੈਗੀ ਆ, ਇੱਥੇ ਕੁਛ ਪਿਆ ਹੋਊਗਾ ਉਸੇ ਕੁਛ ਪਿਆ ਹੈਗਾ, ਉਹ ਦੇਖੀ ਤਾਂ ਹਾਂ ਪ੍ਰੀਤ, ਆਹ ਤੇਲ ਵਾਲੀ ਕੈਨ ਤੋਂ ਉੱਪਰ ਕੁਛ ਪਿਆ, ਤੁਸੀਂ ਅੱਜ ਤੱਕ ਇਹ ਕੁਛ ਹੁੰਦਾ ਸੀਗਾ ਉਹਨੂੰ ਐਂ ਤਾਣੀ ਨੂੰ ਐਂ ਫੇਰਦੇ ਹੁੰਦੇ ਤਾਣੀ ਦੇ ਉੱਤੇ, ਉਹਦੇ ਨਾਲ ਉਹਨੂੰ ਸਖ਼ਤ ਜਿਹੀ ਕਰਦੇ ਹੁੰਦੇ ਸੀ, ਸ਼ਾਇਦ ਉਹਦੇ ਉੱਤੇ ਕੋਈ ਮਾਵਾ ਵਗੈਰਾ ਲਾਉਂਦੇ ਸੀ, ਮਾਵਾ ਲਾਉਂਦੇ ਸੀ ਉਹਦੇ ਨਾਲ ਧਾਗੇ, ਫਿਰ ਧਾਗਿਆਂ 'ਚ ਉਲਝਦੇ ਨਹੀਂ ਸੀਗੇ, ਅਤੇ ਇਹਦੇ ਨਾਲ ਨਾ ਇਹ ਕੁਛ ਨਾਲ ਐਵੇਂ ਕਰ ਦਿੰਦੇ ਸੀ।
ਮਤਲਬ ਅੱਜ ਕੱਲ੍ਹ ਜਿਵੇਂ ਕਿਸੇ ਨੂੰ ਮਤਲਬ ਜਿਹੜਾ ਬੰਦਾ ਮਤਲਬ ਫਲਾਨਿਆ ਤੇਰੀ ਕੁੱਚ ਵਰਗੀ ਦਾੜੀ ਆ, ਮਤਲਬ ਅਗਲੇ ਨੂੰ ਬੇਇੱਜ਼ਤ ਕਰਨ ਲਈ ਕਿਹਾ ਜਾਂਦਾ ਹੈ ਨਾ, ਵੀ ਤੂੰ ਐਡੀ ਦਾੜੀ ਲਈ ਫਿਰਦਾ ਅਤੇ ਤੂੰ ਗੱਲ ਨਹੀਂ ਚੱਜ ਦੀ ਕਰਦਾ, ਅਤੇ ਉਹ ਉਹ ਆ ਕੁੱਚ, ਆਹ ਸ਼ਬਦ ਆ ਉਹ ਕੁੱਚ, ਅਤੇ ਆਹ ਹੈਗੀ ਆ ਪਣਖ। ਹਾਂਜੀ, ਆਹ ਜਿਹੜੀ ਪ੍ਰੀਤ ਨਾ ਫੱਟੀ ਜੀ ਤੈਨੂੰ ਦਿਸਦੀ ਆ ਨਾ, ਜਸਵਿੰਦਰ ਕੌਰ ਚੀਮਾ ਲਿਖਿਆ ਜੀ, ਅਤੇ ਇਹ ਪਣਖ ਆ, ਇਹਦੇ ਨਾ ਪਾਸੇ 'ਤੇ ਦੋਨਾਂ ਥਾਵਾਂ 'ਤੇ ਮੇਖਾਂ ਲੱਗੀਆਂ ਉਹਦੇ ਨਾਲ ਤਾਣੀ ਚੋੜੀ। ਹਾਂ, ਜਦੋਂ ਮਤਲਬ ਤਾਣੀ ਬੁਣਦੀਆਂ ਸੀ ਬੁੜੀਆਂ, ਅਤੇ ਉਹ ਇੱਕ ਪਾਸੇ ਉਹਨੂੰ ਐਂ ਮੇਖ ਬੋਲ ਲੈਂਦੀਆਂ ਸੀ, ਇੱਕ ਪਾਸੇ ਐਂਖ ਬੋਲ ਲੈਂਦੇ, ਫਿਰ ਉਹਨੂੰ ਐਂ ਚੌੜੀ ਰਹਿੰਦੀ ਸੀ, ਪਰ ਕੱਪੜਾ ਇਕੱਠਾ ਨਹੀਂ ਸੀ ਹੁੰਦਾ, ਉਹਨਾਂ ਪੂਰਾ ਪੂਰਾ ਬਣਦਾ ਸੀ। ਹਾਂ, ਫਿਰ ਉਹ ਕੱਪੜਾ ਇਕੱਠਾ ਨਹੀਂ ਸੀ ਹੁੰਦਾ, ਉਹ ਉਸ ਕਰਕੇ ਆ, ਕਿਉਂਕਿ ਇਹ ਸਾਰੀਆਂ ਚੀਜ਼ਾਂ ਦਾ ਮੈਨੂੰ ਤਾਂ ਪਤਾ ਕਿਉਂਕਿ ਸਾਰੀਆਂ ਘਰੇ ਰਹੀਆਂ ਆਪਾਂ ਜੀ। ਆਹ ਸਾਡੀਆਂ ਖੇਡਾਂ ਪ੍ਰੀਤ, ਆਹ ਆਹ ਸਾਡਾ ਯੂਟਿਊਬ ਹੁੰਦਾ ਸੀ ਉਹਨਾਂ ਦਿਨਾਂ 'ਚ। ਹਾਂ, ਤੋਤਾ ਜਿਹੜਾ ਇਹ ਇਹ ਸਾਡੀ ਪਬਜੀ ਸੀ, ਇਹ ਲੈ ਕੇ ਇਹ ਜਾਣੇ ਤਾਂ ਠੁੱਕ ਹੁੰਦੀ ਸੀ ਵੀ ਭਾਈ ਜਵਾਕ ਨੂੰ ਫਲਾਣੇ ਨੂੰ ਆਹ ਤੋਤਾ, ਇਹ ਵੀ ਮਸਾ ਲੈ ਕੇ ਦਿੰਦੇ ਸੀ ਵੀ ਇਹ ਥੋੜ੍ਹਾ ਵੀ ਅਸੀਂ ਪੁੱਲ ਪੈਰੀ ਲੈ ਦਿੰਦੇ ਸੀ। ਅਤੇ ਆਹ ਆਹ ਉਹਨਾਂ ਦਿਨਾਂ 'ਚ ਪ੍ਰੀਤ ਉਵੇਂ ਸੀਗਾ ਵੀ ਜਿਵੇਂ ਹੁਣ ਕਰਨੇ ਕੋਲ ਆਪਣੇ ਕੋਲ ਵੀ ਅਰਜਨ ਟਰੈਕਟਰ, ਅਗਲਾ ਯਾਰ ਫਲਾਣਿਆਂ ਕੋਲ ਆ ਹਾਲ ਆ ਹਨਾ, ਆਹ ਜਿਹੜੇ ਆਹ ਅਲਟਾਵੇਂ ਹਲ ਪਏ ਆ, ਆਹ ਦੂਜਾ ਹਾਲ ਆ, ਹਾਂਜੀ ਆਹ ਅਲਟਾਵਾਂ, ਇਹ 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 ਮਤਲਬ ਪੈਲੀ ਨੂੰ ਪੁੱਠੀ ਕਰਦਾ ਸੀਗਾ, ਆਹ ਆਹ ਡੂੰਘੀ ਪਾਉਂਦਾ ਸੀ ਹਨਾ ਬਾਈ, ਇਹ ਚੂਹਾ ਮਿੱਟੀ ਕੱਢਦਾ ਸੀ ਪ੍ਰੀਤ, ਇਹ ਤਕੜੇ ਬਲਦੀ ਖਿੱਚਦੇ ਸੀ। ਅਤੇ ਆਹ ਦੇਖ ਇੱਧਰਲੇ ਪਾਸੇ ਫੱਟੀਆਂ ਟੰਗੀਆਂ, ਆਪਣਾ ਜਿਹੜਾ ਹਾਕੀ ਵਾਲਾ ਗਰਾਊਂਡ ਆ, ਇਹ ਉਹ ਚ ਬਹੁਤ ਹੁੰਦੇ ਸੀ ਪਹਿਲਾਂ ਪਾਂਡੋ ਵਾਲੇ, ਆਹ ਰੋਡ, ਇਹ ਰੋਡ ਨਾ ਮਤਲਬ ਇਹ ਰੋਡਾਂ ਦੀ ਇੱਕ ਖਾਸੀਅਤ ਆ, ਇਹ ਸੁੰਦੇ ਆ, ਆਹ ਰੋਡਾਂ ਨੂੰ ਹੁਣ ਵੀ ਆਪਾਂ ਮਿੱਟੀ 'ਚ ਉੱਥੇ ਦੱਬ ਦਿੰਦੇ ਹਾਂ, ਦੇਖੀ ਇਹਨੇ ਰੋਡ ਇੱਥੋਂ ਵਧਣ ਲੱਗ ਜਾਣੇ, ਇਹਦੇ ਵਿੱਚ ਕੈਮੀਕਲ ਰਿਐਕਸ਼ਨ ਆ ਜਿਹੜਾ ਹੋਰ ਮਿੱਟੀ ਨਾਲ ਕਰਕੇ ਵਧਣ ਲੱਗ ਜਾਂਦੇ ਆ, ਉਦੋਂ ਬਾਅਦ ਇਹ ਪਾਣੀ ਨਾਲ ਖਤਮ ਹੁੰਦੇ ਆ, ਇਹ ਖੁਸ਼ਕੀ ਨਾਲ ਪੈਦਾ ਹੁੰਦੇ ਆ, ਝੋਨੇ ਨੇ ਖਤਮ ਕਰਤੇ, ਤੇ ਝੋਨੇ ਨੇ ਇਹ ਰੋਡ ਆ ਜਿਹੜੇ ਇਹਨਾਂ ਦੀ ਨਸਲ ਹੀ ਖਤਮ ਕਰਤੀ। ਹਾਂਜੀ ਹਨਾ ਬਾਈ, ਤੇ ਆਹ 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 ਕੀ ਆਹ ਆਪਣੇ ਘਰਾਂ ਦੇ ਵਿੱਚ। ਤੇ ਉਹ ਝੋਲਾ ਇਹ ਬਲਜਿੰਦਰ ਕੌਰ ਦਾ 2000, ਅੱਛਾ ਇਹ ਤਾਂ ਦਾਜ ਦੂਜ ਦੇ ਵਿੱਚ ਮਿਲਿਆ ਵਾ, ਊਂ ਤਾਂ ਹੁਣ ਇਹਨਾਂ ਦੀ ਨਸਲ ਖਤਮ ਹੋ ਗਈ ਵਿਚਾਰਿਆਂ ਦੀ ਹਨਾ ਬਾਈ, ਯਾਰ ਵੈਸੇ ਬਾਈ ਹੈਂ ਹੱਥੀਂ ਕੱਢਿਆ ਵਾ ਇਹ, ਮਤਲਬ ਬਹੁਤ ਘੈਂਟ ਯਾਰ, ਬੁੜੀਆਂ ਨੇ ਨਾ ਹੱਥੀਂ ਕੱਢਣਾ, ਮੈਂ ਤੁਹਾਨੂੰ ਦੱਸਦਾ ਕਿੰਨੀ ਮਿਹਨਤ ਹੁੰਦੀ ਸੀ ਆਹ ਆਹ ਚੀਜ਼ਾਂ ਕੱਢਣ ਪਿੱਛੇ, ਕਿੰਨੀ ਮਿਹਨਤ ਹੁੰਦੀ ਸੀ, ਕਈ ਵਾਰੀ ਨਾ ਵੱਡੇ ਬਾਈ ਬੁੜੀਆਂ ਨੇ ਨਾ ਕੱਢਣ ਲੱਗ ਜਾਣਾ ਐਂ, ਮਤਲਬ ਗੋਡੇ 'ਤੇ ਧਰ ਕੇ ਨਾ ਆਮ ਤੌਰ 'ਤੇ ਬੁੜੀਆਂ ਐਂ ਕੱਢਦੀਆਂ ਸੀਗੀਆਂ, ਉਹ ਅੱਧਾ ਅੱਧਾ ਫੁੱਲ ਬੁੜੀਆਂ ਨੇ ਕੱਢ ਦੇਣਾ, ਜਦੋਂ ਦੇਖਣਾ ਥੱਲਿਓਂ ਆਪਦਾ ਸੂਟ ਵਿੱਚ ਪਰੋਇਆ ਗਿਆ, ਫਿਰ ਉਹ ਸਾਰਾ ਫੁੱਲ ਦੇੜਨਾ ਪੈਣਾ, ਫਿਰ ਦੇੜਨਾ ਪੈਂਦਾ, ਉਹ ਕਈ ਵਾਰੀ ਅੱਧਾ ਅੱਧਾ ਫੁੱਲ ਉਹ ਕਿਤੇ ਵਿੱਚ ਦੀ ਆਪਦੇ ਸੂਟ ਦੇ ਲੰਘੀ ਜਾਣੀ ਸੂਈ, ਅਤੇ ਉਹ ਕਚੱਜੀ ਬੁੜੀ ਨੂੰ ਪਤਾ ਉਦੋਂ ਲੱਗਣਾ ਜਦੋਂ ਵੀ ਪਤਾ ਲੱਗਣਾ ਵੀ ਲੈ ਵੀ ਫੁੱਲ ਤਾਂ ਬਣ ਗਿਆ ਸੀਗਾ, ਵੀ ਵਿੱਚ ਥੱਲੇ ਸੂਟ 'ਚ ਵੀ ਬਣ ਗਿਆ, ਫਿਰ ਉਹ ਸਾਰਾ ਵਾਪਸ ਦੇੜਨਾ, ਫਿਰ ਉਸ ਹਿਸਾਬ ਨਾਲ ਇਹ ਸਾਡੇ ਸੰਦੂਖਾਂ 'ਚ ਪੰਜਾਂ ਅੱਜ ਵੀ ਇਹਨਾਂ 'ਚੋਂ ਬੀਬੀਆਂ ਦਾਦੀਆਂ ਦੀਆਂ ਮਹਿਕਾਂ ਆਉਂਦੀਆਂ ਇਹਨਾਂ ਚੀਜ਼ਾਂ ਦੇ ਵਿੱਚੋਂ ਯਾਰ, ਹੈਂ, ਅਤੇ ਇਹ ਇਹ ਚੀਜ਼ਾਂ ਨਾ ਇਕੱਲਾ ਇਹੀ ਅਹਿਸਾਸ ਨਹੀਂ ਕਰਾਉਂਦੀਆਂ, ਸਾਡੇ ਪੁਰਾਣੇ ਸਮਿਆਂ ਦੀ ਚੀਜ਼ ਹੈ,
ਇਹ ਸਾਨੂੰ ਇਹ ਵੀ ਅਹਿਸਾਸ ਕਰਾਉਣੀ ਹੈ ਵੀ ਪੁੱਤ ਮੇਰੇ ਬਾਹਲਾ ਟਾਈਮ ਨਹੀਂ, ਤੁਹਾਡੇ 'ਤੇ ਵੀ ਆਹ ਟਾਈਮ ਆਉਣ ਵਾਲਾ ਹੀ ਆ, ਹੈਂ ਇਹ ਸਾਨੂੰ ਅਹਿਸਾਸ ਕਰਾਉਂਦੇ ਆ। ਦੇਖੋ ਭਾਂਡੇ ਪਏ ਕੇਵਲ ਵਾਲੀ, ਕੇਵਲ ਵਾਲੀ ਹੈ ਨਾ, ਅਤੇ ਆਹ ਦੇਖ ਗਲਾਸ ਪਏ, ਇਹਨੂੰ ਆਹ ਤਾਂ ਪਿੱਤਲ ਦਾ, ਇਹਨਾਂ ਦੀ ਪੁੱਤਿਆਂ ਦੀ ਬਹੁਤ ਨੁਕਸ ਪਤਾ ਕਿੱਡਾ ਹੁੰਦਾ ਸੀ, ਇਹ ਅਸਲ ਦੇ ਵਿੱਚ ਬਣੇ ਲੱਸੀਆਂ ਵਾਲੇ ਜ਼ਮਾਨਿਆਂ 'ਚੋਂ। ਜਦੋਂ ਚਾਹ ਵਾਲੇ ਜ਼ਮਾਨੇ ਆ ਗਏ ਫਿਰ ਆਹ ਗਲਾਸਾਂ ਨੂੰ ਨਾ ਸਰਵਾਈਵ ਕਰਨਾ ਔਖਾ ਹੋ ਗਿਆ। ਇਹਦਾ ਨੁਕਸ ਪਤਾ ਕੀ ਸੀ, ਇਹ 'ਚ ਚਾਹ ਪਾ ਦੇਣੀ, ਚਾਹ ਪਾ ਕੇ ਫਿਰ ਐਂ ਨੀਗਾ ਤੂੰ ਬੁੱਲ ਨਾਲ ਲਾ ਲੈ, ਤਾਂ ਹੋ ਜਾਂਦਾ ਜੀ। ਹਾਂ ਫਿਰ ਬੁੱਲ ਮੱਚ ਜਾਂਦੇ ਸੀ ਬੰਦੇ ਦੇ, ਫਿਰ ਇਹ ਹੌਲੀ ਹੌਲੀ ਲੋਕਾਂ ਨੂੰ ਸਮਝ ਆ ਗਈ ਵੀ ਯਾਰ ਇਹ ਗਲਾਸ ਵਰਤ ਨੂੰ ਹਟ ਜਾਓ, ਫਿਰ ਇਹ ਚਾਹਾਂ ਨੇ ਇਹ ਗਲਾਸ ਖਾ ਲਏ, ਚਾਹਾਂ ਇਹ ਗਲਾਸਾਂ ਨੂੰ ਖਾ ਗਈਆਂ, ਅਸਲ ਦੇ ਵਿੱਚ ਲੱਸੀਆਂ ਵਾਲੇ ਗਲਾਸ ਸੀਗੇ। ਅਤੇ ਵੱਡੇ ਗਲਾਸ ਆ ਤਾਂ ਹਜੇ ਛੋਟੇ ਪਏ ਆ, ਕੰਗਣੀ ਵਾਲਾ ਗਲਾਸ ਤਾਂ ਐਡਾ ਗਲਾਸ ਸੀਗਾ ਯਾਰ, ਬੜੇ ਐਡੇ ਗਲਾਸ ਹੁੰਦੇ ਹੈਂ, ਮਾੜੇ ਬੰਦੇ ਤੋਂ ਪੀਤਾ ਨਹੀਂ ਸੀ ਜਾਂਦਾ। ਆਹ ਦੇਖੋ ਪਿੱਤਲ ਦਾ ਡੋਲੂ ਪਿਆ, ਹਾਂ ਇਹ ਵੀ ਸੱਭਿਆਚਾਰ ਦਾ ਹਿੱਸਾ ਹੋ ਗਈ, ਹੁਣ ਤਾਂ ਹੈ ਨਹੀਂ ਇਹੋ ਜਿਹੀ। ਅਤੇ ਆਹ ਹੈਗਾ ਛੰਨਾ, ਇਹ ਕਾਸੀ ਦਾ, ਹਾਂਜੀ ਇਹ ਕਾਸੀ ਦਾ ਛੰਨਾ, ਇਹ ਸੱਜਣੋ ਆ ਦੇਖੋ ਇਹਦੇ ਉੱਤੇ ਵੀ ਕੁਛ ਲਿਖਿਆ ਹੋਇਆ ਜਿਹੜਾ ਮੇਰੇ ਤੋਂ ਪੜ੍ਹਿਆ ਨਹੀਂ ਜਾਣਾ, ਕੋਈ ਉਰਦੂ ਵਗੈਰਾ 'ਚ ਲਿਖਿਆ ਹੋਇਆ ਇਹਦੇ ਉੱਤੇ ਕਾਸੀ ਦਾ ਛੰਨਾ। ਇਹ ਕਾਸੀ ਦਾ ਛੰਨਾ, ਇਹ ਕਾਲੀ ਹੋ ਜਾਂਦੀ ਸੀ ਹੈ ਨਾ ਬਾਈ, ਇਹ ਤਾਂ ਸਾਂਭੀ ਵੀ ਕਰਕੇ ਬਾਈ ਹੋਣਾ ਦੀ ਐਵੇਂ ਚਮਕਦੀ ਹੈ ਬਾਈ। ਬਹੁਤ ਧੰਨਵਾਦ, ਬਹੁਤ ਚੰਗਾ, ਘੁੰਗਰਾਲ ਪਈ ਆ, ਕਿਹੜਾ ਪੱਖਾ, ਕਿਹੜਾ ਪੱਖਾ, ਕਿਹੜਾ ਪੱਖਾ ਚੱਲਦਾ, ਇਹ 1969 ਆ ਪਹਿਲੀਆਂ ਦੇ ਵਿੱਚ, ਇਹਨੂੰ ਤਾਂ ਲੋਕ ਦੇਖਣ ਆਉਂਦੇ ਹੋਣਗੇ ਜਦੋਂ ਇਹ 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 ਆਪਦੇ ਜ਼ਮਾਨੇ 'ਚ ਲੱਗਿਆ ਹੋਊਗਾ। ਮੈਂ ਤਾਂ ਨਾ ਮੋਟਰ ਵਾਲੇ ਦੇਖੀ ਪ੍ਰੀਤ, ਇਹ ਦੇਖੀ ਉਹ ਮੋਟਰ ਵਾਲੇ ਆਟੋਮੈਟਿਕ ਤੇਲ ਚਲਾਈ ਫਿਰਦੇ ਆ ਹੈ ਨਾ, ਮੋਟਰ ਵਾਲੇ ਆਟੋਮੈਟਿਕ ਵੀ, ਇਹ ਤਾਂ ਇਹ ਵੀ ਸੱਭਿਆਚਾਰ ਹੋ ਗਏ। ਨਹੀਂ ਇਹ ਤਾਂ ਨਹੀਂ ਸੱਭਿਆਚਾਰ, ਇਹ ਤਾਂ ਹਜੇ ਚੱਲਦੇ ਆ, ਤਾਂ ਸਾਡੇ ਖੇਤ ਲੱਗਿਆ ਵਾ। ਹਾਂ ਹਜੇ ਤੁਸੀਂ ਇੱਕ ਚੀਜ਼ ਹੋਰ ਰੱਖਣੀ ਸੀ ਫਿਰ ਮੋਟਰਾਂ ਵਾਲੀ, ਕੰਪੈਸਟਰ, ਹਾਂ ਦੂਜਾ ਇੱਕ, ਆਪਾਂ ਬਾਈ ਆਪਾਂ ਡੈਮ ਤੇ ਮੋਟਰਾਂ ਨਹੀਂ ਚਲਾਉਂਦੇ ਹੁੰਦੇ ਕੰਪੈਸਟਰਾਂ ਨਾਲ ਐਂ ਲਾ ਕੇ, ਉਦੋਂ ਬਾਅਦ ਜਦੋਂ ਮੋਟਰ ਚੱਲ ਪੈਣੀ ਫਿਰ ਉਹਦਾ ਐਂ ਲਾ ਕੇ ਪੜਾਕਾ ਜਿਹਾ ਮਰਾਉਂਦੇ ਹੁੰਦੇ, ਟੱਕ ਦੇਣੇ ਪੜਾਕਾ ਜਿਹਾ ਵੱਜ ਜਾਣਾ, ਫਿਰ ਹੁਣ ਹਟ ਜਾਣਾ ਜੇ ਹੱਥ ਲੱਗ ਗਿਆ। ਹਾਂ ਉਹ ਕਰੰਟ ਪਹੁੰਚ ਜਾਂਦਾ ਉਹਨੂੰ ਝਟਕਾ, ਬਹੁਤ ਬੁਰਾ ਤਰ੍ਹਾਂ ਮਾਰਦਾ, ਨਹੀਂ ਨਾ ਪਟਾਕਾ ਮਰਾਇਆ, ਛਾੜ ਮਾਰਦੇ। ਹਾਂ ਉਹ ਬਹੁਤ ਉਹ ਯਾਰ ਉਹ ਦੇਖ ਤੂੰ ਕਿੱਡੀ ਕੰਪੈਸਟਰ, ਹੁਣ ਤਾਂ ਵਿੱਚ ਲੱਗੇ ਆਉਣ ਲੱਗ ਗਏ ਸਟਾਰਟਰਾਂ ਦੇ, ਪਹਿਲਾਂ ਬਾਹਰ ਹੁੰਦੇ ਸੀ, ਉਹ ਐਂ ਲਾ ਕੇ ਤੇ ਜਦੋਂ ਮੋਟਰ ਸਟਾਰਟ ਹੋ ਜਾਂਦੀ ਲਾਈਟ ਡਿਮ ਬਾਲੀ ਜਾਂਦੀ, ਹੁਣ ਤਾਂ ਦਿੰਦੇ ਹੀ ਨਹੀਂ, ਇੱਕ ਇੱਧਰ ਬਾਹਰ ਟੀਨਾ ਲੱਗੇ ਇਹ ਬਹੁਤ ਹਾਂ, ਇਹ ਘੁਮਾ ਘੁਮਾ ਕੇ ਟੀ ਵੀ ਦੇਖਦੇ ਹੁੰਦੇ ਸੀ, ਲੈ ਵੀ ਜਲੰਧਰ ਆ ਗਿਆ ਬਾਈ, ਹੁਣ ਕਿਤੇ ਟੀ ਵੀ ਚਲਾ ਕੇ ਦੇਖਿਆ ਤੇ ਆਉਂਦਾ ਮਾੜਾ ਮੋਟਾ ਹੁਣ, ਪਰ ਜਲੰਧਰ ਵਾਲਾ ਟਾਵਰ ਹੀ ਖਤਮ ਹੋ ਗਿਆ ਨਾ ਪ੍ਰੀਤ, ਨਹੀਂ ਨਹੀਂ ਉਹ ਟਾਵਰ ਟਾਵਰ ਰਿਟਾਇਰ ਹੋ ਗਿਆ, ਜਿਹੜਾ ਟਾਵਰ ਰੇਂਜ ਛੱਡਦਾ ਸੀ ਆਂਟੀਨਿਆਂ ਵਾਸਤੇ ਉਹ ਟਾਵਰ ਰਿਟਾਇਰ ਹੋ ਗਿਆ। ਐਫ ਐਮ ਹੋ ਸਕਦਾ ਵੱਡੇ ਬਾਈ ਚੱਲਦਾ ਹੋਵੇ, ਅਤੇ ਪਰ ਜਿਹੜਾ ਇਹ ਟਾਵਰ ਨਹੀਂ ਛੱਡਦਾ ਸੀ ਇਹਨਾਂ ਵਾਸਤੇ ਰੇਂਜ, ਉਹ ਟਾਵਰ ਰਿਟਾਇਰ ਹੋ ਗਿਆ, ਹੋ ਸਕਦਾ ਪਾਕਿਸਤਾਨ ਖਿੱਚ ਲਵੇ, ਅਤੇ ਉਹ ਕਈ ਵਾਰੀ ਐਂ ਨੂੰ ਕਰ ਲੈਣਾ, ਕਹਿ ਦੇਣਾ ਪਾਕਿਸਤਾਨ ਖਿੱਚਣ ਲੱਗ ਗਿਆ ਨਾ ਕਿਤੇ ਕਿਤੇ, ਹਾਂ ਦੋ ਵੀ ਲਾ ਲੈਂਦੇ ਸੀਗੇ, ਅਤੇ ਉਹ ਪਾਕਿਸਤਾਨ ਮੀਂਹ ਜਾਂ ਪਏ ਤੋਂ ਨਾ ਜਦੋਂ ਸਲਾਬ ਜੀ ਹੋਣੀ ਉਦੋਂ ਪਾਕਿਸਤਾਨ ਵਧੀਆ ਕਲੀਅਰ ਖਿੱਚਦਾ ਹੁੰਦਾ ਸੀ, ਊਂ ਘੱਟ ਆਉਂਦਾ ਸੀ ਪਾਕਿਸਤਾਨ, ਜੇ ਦਿਨੇ ਦੁਪਹਿਰੇ ਦੁਪੂਰੇ ਘੱਟ ਗੇਨ ਹੁੰਦਾ, ਜਦੋਂ ਆਪਣੀ ਧੁੰਦ ਪੈਂਦੀ ਹੋਵੇ ਜਾਂ ਮੀਂਹ ਪਿਆ ਹੋਵੇ ਉਦੋਂ ਨਾ ਹਵਾ ਦੇ ਵਿੱਚ ਨਮੀ ਹੁੰਦੀ ਉਦੋਂ ਗੇਨ ਵੱਧ ਜਾਂਦਾ,
ਉਹਦਾ ਕਰਕੇ ਉਦੋਂ ਪਾਕਿਸਤਾਨ ਬਹੁਤ ਕਲੀਅਰ ਚੱਲਣ ਲੱਗ ਜਾਂਦਾ ਹੁੰਦਾ ਸੀ। ਹਾਂ ਹਾਂ ਉਹ ਫਿਰ ਗੇਂਦ ਉਹ ਕੀ ਹੋ ਜਾਂਦਾ ਸੀ ਨਾ ਜਦੋਂ ਟੀ ਵੀ ਦੇ ਵਿੱਚ ਕਈ ਵਾਰੀ ਨਾਲ ਨਾ ਅੰਟੀਨੇ ਵਾਲੀ ਤਾਰ ਲੱਗੀ ਹੁੰਦੀ ਸੀ ਅਤੇ ਉਹ ਟੀ ਵੀ ਕੀ ਕਰਦਾ ਸੀ ਉਹਦੇ ਵਿੱਚ ਦੀ ਤਾਰ ਦੇ ਵਿੱਚ ਦੇ ਅੰਟੀਨਿਆਂ ਦੇ ਵਿੱਚ ਸਿਗਨਲ ਛੱਡਣ ਲੱਗ ਜਾਂਦਾ ਸੀ ਅਤੇ ਉਹ ਨਾਲ ਦੇ ਅੰਟੀਨੇ ਫੜਨ ਲੱਗ ਜਾਂਦੇ ਸੀ। ਜੇ ਗੁਆਂਢੀਆਂ ਦੇ ਵੀ ਸੀ ਆਰ ਲੱਗਿਆ ਹੋਣਾ ਉਹ ਦੂਜਿਆਂ ਦੇ ਉਹੀ ਚੱਲੀ ਜਾਣ। ਹਾਂ ਮੋਬਾਈਲਾਂ ਨੇ ਖਤਮ ਕਰਤਾ, ਐਵੇਂ ਮੋਬਾਈਲਾਂ ਨੂੰ ਕਿਸੇ ਹੋਰ ਚੀਜ਼ ਨੇ ਖਤਮ ਕਰ ਦੇਣਾ ਹੈ ਨਾ ਬਾਈ। ਬਹੁਤ ਚੰਗਾ ਲੱਗਿਆ ਬਾਈ ਯਾਰ, ਸਵਾਦ ਆਇਆ ਤੁਹਾਡੇ ਕੋਲ ਮਿਲ ਕੇ ਯਾਰ, ਜਿਉਂਦੇ ਰਹੋ। ਲੈ ਵੀ ਸੱਜਣੋ ਕਿਹਨੂੰ ਕਿਹਨੂੰ ਪੁਰਾਣਾ ਜ਼ਮਾਨਾ ਚੇਤੇ ਆਇਆ, ਬਾਪੂ ਹੋਣਾ ਨੂੰ ਵੀਡੀਓ ਦਿਖਾਇਓ, ਜਿਉਂਦੇ ਰਹੋ।